ਤਾਂ ਹੁਣ ਲੁਧਿਆਣਾ ਦੇ ਵਿੱਚ ਗੋਲੀ ਚੱਲੀ ਹੈ। ਸਿੰਧੀ ਬੇਕਰੀ ਦੇ ਵਿੱਚ ਦਾਖਲ ਹੋ ਕੇ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ। ਬੇਕਰੀ ਦੇ ਮਾਲਿਕ ਦੇ ਬੇਟੇ ਦੇ ਗਰਦਨ ਦੇ ਵਿੱਚ ਗੋਲੀ ਵੱਜੀ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਾਲੇ ਰੰਗ ਦੀ ਐਕਟਿਵਾ ਤੇ ਸਵਾਰ ਹੋ ਕੇ ਦੋ ਬਦਮਾਸ਼ ਆਏ, ਜਿਨ੍ਹਾਂ ਨੇ ਬੇਕਰੀ ਦੇ ਬਾਹਰ ਫਾਇਰਿੰਗ ਕੀਤੀ, ਫਿਰ ਅੰਦਰ ਚਲੇ ਗਏ ਔਰ ਕਾਊਂਟਰ ਤੇ ਖੜੇ ਬੇਕਰੀ ਦੇ ਮਾਲਕ ਦੇ ਬੇਟੇ ਤੇ ਫਾਇਰਿੰਗ ਕੀਤੀ ਗਈ। ਇੱਕ ਗੋਲੀ ਉਸਦੇ ਗਰਦਨ ਦੇ ਵਿੱਚ ਵੱਜੀ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਲੁਧਿਆਣਾ ਦੇ ਸਿੰਧੀ ਬੇਕਰੀ BRS ਨਗਰ ਦੇ ਵਿੱਚ ਦੋ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ। ਬੇਕਰੀ ਦੇ ਮਾਲਕ ਦੇ ਬੇਟੇ ਨੂੰ ਗੋਲੀ ਵੱਜੀ ਹੈ, ਜਿਸ ਨੂੰ ਲੁਧਿਆਣਾ ਦੇ ਮੈਡੀਸਿਟੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਦੋ ਨਕਾਬਪੋਸ਼ ਜਿਨ੍ਹਾਂ ਨੇ ਕਾਲੇ ਰੰਗ ਦੇ ਰੁਮਾਲ ਦੇ ਨਾਲ ਆਪਣੇ ਮੂੰਹ ਢੱਕੇ ਹੋਏ ਸੀ, ਕਾਲੇ ਰੰਗ ਦੀ ਐਕਟਿਵਾ ਤੇ ਆਏ ਔਰ ਉਹਨਾਂ ਦੇ ਵੱਲੋਂ ਇੱਕ ਸ਼ਖਸ ਤੇ ਗੋਲੀ ਚਲਾਈ ਗਈ ਬੇਕਰੀ ਦੇ ਬਾਹਰ, ਫਿਰ ਅੰਦਰ ਚਲੇ ਗਏ ਜਿੱਥੇ ਉਹਨਾਂ ਨੇ ਬੇਕਰੀ ਦੇ ਮਾਲਕ ਦੇ ਬੇਟੇ ਨੂੰ ਨਿਸ਼ਾਨਾ ਬਣਾਇਆ, ਉਸਤੇ ਵੀ ਗੋਲੀ ਮਾਰੀ। ਫਿਲਹਾਲ ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਹਰ ਐਂਗਲ ਤੋਂ ਬੜੀ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। CCTV ਕੈਮਰੇ ਖੁੰਗਾਲੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਆਖਿਰਕਾਰ ਇਹ ਬਦਮਾਸ਼ ਕੌਣ ਸਨ, ਜਿਨ੍ਹਾਂ ਨੇ ਬੇਖੌਫ ਹੋ ਕੇ ਬੇਕਰੀ ਦੇ ਮਾਲਕ ਦੇ ਬੇਟੇ ਨੂੰ ਨਿਸ਼ਾਨਾ ਬਣਾਇਆ, ਉਸ ਤੇ ਗੋਲੀ ਚਲਾ ਦਿੱਤੀ। ਤਾਂ ਲੁਧਿਆਣਾ ਦੇ ਵਿੱਚ ਇਹ ਵਾਰਦਾਤ ਹੋਈ ਹੈ। ਪੁਲਿਸ ਦੇ ਵੱਲੋਂ ਇਹਨਾਂ ਮੁਲਜ਼ਮਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਦੋ ਬਦਮਾਸ਼ ਕਾਲੇ ਰੰਗ ਦੀ ਐਕਟਿਵਾ ਤੇ ਆਏ, ਜਿਨ੍ਹਾਂ ਨੇ ਪਹਿਲਾਂ ਬਾਹਰ ਫਾਇਰਿੰਗ ਕੀਤੀ, ਫਿਰ ਬੇਕਰੀ ਦੇ ਅੰਦਰ ਚਲੇ ਗਏ ਔਰ ਫਿਰ ਕਾਊਂਟਰ ਤੇ ਖੜੇ ਬੇਕਰੀ ਦੇ ਮਾਲਕ ਦੇ ਬੇਟੇ ਨੂੰ ਜਿਹੜਾ ਹਮ ਬਾਹਰ ਖੜੇ ਤੇ ਔਰ ਦੋ ਬੰਦੇ ਆਏ ਤੇ ਐਕਟਿਵਾ ਪੇ ਮਤਲਬ ਬਲੈਕ ਕਲਰ ਕੀ ਐਕਟਿਵਾ ਤੇ ਫਿਰ ਉਹ ਇੱਕ ਗੋਲੀ ਉਹਨਾਂ ਨੇ ਬਾਹਰ ਚਲਾਈ ਹੈ ਬੰਦੋ ਕੇ ਉੱਪਰ, ਉਧਰ ਉਹ ਪੰਖੇ ਕੇ ਉੱਪਰ ਲੱਗੀ, ਬੰਦਾ ਬਚ ਗਿਆ ਪੰਖੇ ਕੇ ਉੱਪਰ ਲੱਗੀ, ਫਿਰ ਉਹ ਪੰਖੇ ਕਾ ਉਹ ਟੁੱਟ ਗਿਆ ਮਤਲਬ, ਫਿਰ ਉਹ ਅੰਦਰ ਗਏ, ਅੰਦਰ ਜਾ ਕੇ ਭਈਆ ਕੇ ਉੱਪਰ ਫਿਰ ਉਹਨਾਂ ਨੇ ਫਾਇਰ ਕੀਤਾ। ਹਾਂਜੀ ਭਈਆ ਕੀ ਕਿੰਨੀ ਗੋਲੀ ਲੱਗੀ? ਅੰਦਰ ਤੋਂ ਮੈਂ ਅਭੀ ਗਿਆ ਨਹੀਂ ਹੂੰ, ਮੈਂ ਤਾਂ ਦੇਖਾ ਨਹੀਂ ਤਾ ਮੈਨੇ, ਪਰ ਅੰਦਰ ਗੋਲੀ ਲੱਗੀ ਉਹਨਾਂ ਕੇ ਯਹਾਂ ਕਹੀਂ ਗਰਦਨ ਪੇ, ਅਭੀ ਉਹਨਾਂ ਕੋ ਮੈਡੀਸਿਟੀ ਹਸਪੀਟਲ ਲੈ ਕੇ ਗਏ। ਕਿੰਨੀ ਗੋਲੀਆਂ ਚਲਾਈਆਂ ਕੋਲ ਉਹਨੇ? ਦੋ ਤਿੰਨ ਚਲਾਈਆਂ, ਦੋ ਬਾਹਰ ਚਲਾਈਆਂ ਇੱਕ ਅੰਦਰ। ਕਿੰਨੇ ਬੰਦੇ? ਦੋ ਥੇ ਤਿੰਨ? ਦੋ ਥੇ ਬੰਦੇ। ਤੋ ਨਕਾਬ ਪੋਸ਼ ਤੇ ਮੂੰਹ ਪੇ ਰੁਮਾਲ ਬੰਨ੍ਹਾ, ਮੂੰਹ ਪੇ ਉਹਨਾਂ ਨੇ ਬਲੈਕ ਕਲਰ ਕਾ ਰੁਮਾਲ ਬੰਨ੍ਹ ਰੱਖਾ ਹੈ। ਤੋ ਅਭੀ ਅੰਦਰ ਪੁਲਿਸ ਆਈ ਹੋਈ ਹੈ? ਪੁਲਿਸ ਆਈ ਹੋਈ ਹੈ। ਕੋਈ ਐਂਪਲੋਈ ਵੀ ਕਹਿੰਦੇ ਜ਼ਖਮੀ ਹੋਇਆ, ਉਸਕੋ ਵੀ ਲੱਗੀ ਹੈ ਥੋੜੀ? ਹਾਂ, ਇੱਕ ਆਪਣੇ ਬੰਦੇ ਕੇ ਵੀ ਲੱਗੀ ਹੋਈ ਹੈ, ਸਟਾਫ ਕੇ, ਉਹ ਦਵਾਈ ਦੇਣੇ ਗਏ। ਤੋ ਕਿੰਨੇ ਵਜੇ ਕੀ ਘਟਨਾ ਹੈ ਇਹ? ਇਹ ਮੇਰੇ ਖਿਆਲ ਮੈਂ 4:30 ਕੀ ਹੈ ਮੇਰੇ ਖਿਆਲ। ਅਭੀ ਅਭੀ ਥੋੜੀ ਦੇਰ ਪਹਿਲੀ ਹੋਈ। ਹਾਂਜੀ ਹਾਂਜੀ। ਤੋ ਅਭੀ ਜੋ ਮੈਡੀਕਲ ਅਭੀ ਹਾਲਤ ਕੈਸੀ ਹੋਣੀ ਠੀਕ ਹੈ? ਅਭੀ ਲੈ ਕੇ ਗਏ, ਪਤਾ ਚਲੇ।